ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਪਰਵਰਦਗਾਰ ਦੀਆਂ ਰਹਿਮਤਾਂ ਬਰਕਤਾਂ ਤੇ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਘਰ ਪੂਰਾ ਵਾਰੀ ਫਿਰ ਜਿਹੜਾ ਨਾ ਖਾਲੀ ਹੋ ਗਿਆ, ਸੁਨਾ ਹੋ ਗਿਆ। ਮਹਿਮਾਨ ਜਿਹੜੇ ਆਏ ਸੀ ਸਾਰੇ ਚਲੇ ਗਏ ਨੇ, ਬਹਿਣਾ ਭਾਈ ਜਿਹੜੇ ਹਨ ਉਹ ਵੀ ਚਲੇ ਗਏ ਨੇ ਸਾਰੇ। ਘਰ ਦੇ ਮੈਂਬਰ ਹੀ ਸਿਰਫ ਇਸ ਟਾਈਮ ਘਰ 'ਚ ਮੌਜੂਦ ਰਹਿ ਗਏ ਹੈ। ਪਰ ਹਾਲ ਹਰ ਹਾਲਤ 'ਚ ਇਨਸਾਨ ਨੂੰ ਜੀਣਾ ਪੈਂਦਾ, ਇਸੇ ਹੀ ਹਾਲਤ 'ਚ ਜਾਂ ਇਸੇ ਹੀ ਕੰਡੀਸ਼ਨ 'ਚ ਇਨਸਾਨ ਨੂੰ ਆਪਣੀ ਲਾਈਫ ਜਿਹੜੀ ਹੈ ਨਾ ਉਹ ਗੁਜ਼ਾਰਨੀ ਪੈਂਦੀ। ਪਰ ਹਾਲ ਵੀਡੀਓ ਦਾ ਬਕਾਇਦਾ ਆਗਾਜ਼ ਕਰਨੇ ਆ ਜੀ। ਬੇਗਮ ਸਾਹਿਬਾ ਕਮਰੇ ਦੀ ਸਫਾਈ ਲੱਗੀ ਹੋਈ ਸੁਬਹ 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 ਨਾਸ਼ਤਾ ਪਕਾ ਲਿਆ ਕਰਕੇ ਜਲਦੀ ਨਾਲ, ਕਿਉਂਕਿ ਬੱਚੇ ਨੂੰ ਫਿਰ ਲੇਟ ਹੋ ਜਾਂਦੀ। ਦੋ ਤਿੰਨ ਦਿਨ ਆਪਾਂ ਇੰਨੇ ਔਖੇ ਹੋਏ ਆ ਤੇ ਮੈਂ ਕਿਹਾ ਜਿਹੜਾ ਨਾ ਥੋੜੀ ਦੀ ਫਿਰ ਸਫਾਈ ਦੋ ਦਿਨ ਨਾ ਹੋਏ ਤੇ ਕਮਰੇ ਫਿਰ ਉਸੇ ਹਾਲਾਤ ਤੇ ਆ ਜਾਣਾ। ਮੈਂ ਸੁਬਹ ਨਾਲ ਸਫਾਈ ਕਰਕੇ ਦਰਵਾਜ਼ਾ ਬੰਦ ਕਰ ਦਿੰਦੇ ਆ ਤੇ ਉਹ ਬੱਚਿਆਂ ਦਾ ਨਾਸ਼ਤਾ ਪਕਾਉਣੇ, ਕਿਉਂਕਿ ਤੇਰੀ ਜਿਹੜੀ ਐਜ਼ਾ ਹੈ ਉਹਨੇ ਚੌਲ ਆਖੇ ਨੇ। ਅੱਛਾ ਹਾਂਜੀ, ਉਹ ਕੱਲ ਜਾਣਗੀ ਰੋਟੀਆਂ ਨੀ ਪਕਾਉਣੀ। ਮੈਂ ਕੱਲ ਉਹਨੀ ਫੁੱਪਾ ਮੰਗਿਆ ਰਾਤ ਨੂੰ ਰੋਟੀ ਚਾਵਲ ਨੀ ਪਕਾਇਆ, ਮੈਂ ਕਿਹਾ ਉਹਨੇ ਨਹੀਂ ਖਾਣੀ। ਹੁਣ ਮੈਂ ਸੋਚਿਆ ਚਾਵਲ ਪਕਾ ਦਿੰਦੇ ਆ, ਉਹਨੇ ਕੱਲ ਨਾਲ ਰੋਟੀ ਤਿਆਰ ਕਰ ਲਈ ਸਾ, ਕਿਉਂਕਿ ਜਿਹੜਾ ਉਹ ਸਾਹ ਕੇ ਆਪਣਾ ਸਿਰ ਪਾਣੀ ਸ਼ੁਰੂ ਕਰ ਦੇਣਾ। ਮਸਰੂਫ ਹਨ ਤੇ ਇਹ ਮਾਸ਼ਾਅੱਲਾ ਲੌਂਗ ਟਾਈਮ ਤਲਾਵਤ ਕਰਦੇ ਰਹਿੰਦੇ ਨੇ। ਸੂਰਜ ਕਾਫੀ ਆ ਗਿਆ, ਅਬੂ ਜਾਨ ਹਾਲੇ ਤੀਕਰ ਤਲਾਵਤ ਜਿਹੜੀ ਹੈ ਨਾ ਉਹ ਕਰਦੇ ਪਏ ਨੇ। ਇਹ ਚੁੱਲ੍ਹਿਆਂ ਦਾ ਵੀ ਖਸਤਾ ਹਾਲ ਹੋ ਗਿਆ ਸਾਰੇ, ਮਾੜੇ ਬਦਲੇ ਪੈਣਾ ਹੁਣ, ਕਿਉਂਕਿ ਅੱਗ ਬਾਹਰ ਜਲਾਉਣੀ ਪੈਣੀ ਹੈ। ਅੰਦਰ ਵਾਲਾ ਚੁੱਲ੍ਹਾ ਤਾਂ ਤਕਰੀਬਨ ਹੁਣ ਨਹੀਂ ਹੋਣਾ ਨਾ, ਕਿਉਂਕਿ ਗਰਮੀਆਂ ਆ ਗਈਆਂ ਨਾ, ਅਤੇ ਅੰਦਰ ਵਾਲਾ ਚੁੱਲ੍ਹਾ ਤਾਂ ਹੁਣ ਚੱਲਣਾ ਨਹੀਂ, ਬਾਹਰ ਵਾਲਾ ਚੁੱਲ੍ਹਾ ਚੱਲਣਾ। ਅਤੇ ਇਹ ਹੁਣ ਮੇਰਾ ਦਿਲ ਹੈ ਕਿ ਮੈਂ ਇਹਨਾਂ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਸੀਮਿੰਟ ਦੇ ਚੁੱਲ੍ਹੇ ਜਿਹੜੇ ਨਾ ਉਹ ਬਣਾ ਕੇ ਫਿਕਸ ਕਰਾਂ, ਔਰ ਉੱਤੋਂ ਜਿਹੜਾ ਨਾ ਇਹੀ ਕਲਚਰ ਰੱਖੀਏ ਮਿੱਟੀ ਦਾ ਹੀ, ਲੇਕਿਨ ਅੰਦਰ ਸੀਮਿੰਟ ਹੋਵੇ ਤਾਂ ਕਿ ਇਹ ਜਿਹੜੀ ਚੀਜ਼ ਟੁੱਟ ਜਾਂਦੀ ਹੈ ਨਾ ਇਹ ਨਾ ਟੁੱਟੇ, ਸਾਈਡਾਂ ਜਿਹੜੀ ਅੰਨਾ ਇਹ ਟੁੱਟ ਜਾਂਦੀਆਂ ਨੇ, ਅਤੇ ਫਿਰ ਉੱਤੇ ਬਰਤਨ ਕੋਈ ਵੀ ਜਿਹੜਾ ਨਾ ਉਹ ਐਡਜਸਟ ਨਹੀਂ ਹੁੰਦਾ ਜਾਂ ਉੱਤੇ ਰਖੀਂਦਾ ਨਹੀਂ ਪੂਰੀ ਤਰ੍ਹਾਂ। ਸੀਮਿੰਟ ਵੀ ਪਿਆ ਥੋੜ੍ਹਾ ਜਿਹਾ, ਜਦੋਂ ਮੈਂ ਉਹ ਖਾੜਾ ਵਗੈਰਾ ਬਣਵਾਇਆ ਹਾਂ ਨਾ, ਅਤੇ ਸੀਮਿੰਟ ਥੋੜ੍ਹਾ ਜਿਹਾ ਬਚ ਗਿਆ, ਉਹ ਸੀਮਿੰਟ ਇਸਤੇਮਾਲ ਕਰਾਂਗੇ ਥੋੜ੍ਹੀ ਜਿਹੀ ਬਜਰੀ ਲਿਆ ਕੇ, ਅਤੇ ਉਹਦਾ ਬਣਾ ਕੇ ਨਾ ਚੁੱਲ੍ਹਾ ਸਾਈਡ 'ਤੇ ਚੁੱਲ੍ਹਾ ਬਣਾ ਕੇ ਨਾ, ਅਤੇ ਫਿਰ ਇਹਦੇ ਵਿੱਚ ਫਿੱਟ ਕਰ ਦਿਆਂਗੇ। ਮੈਨੂੰ ਕਮੈਂਟ ਆਏ ਹੋਏ ਹਨ ਕਿ ਤੁਸੀਂ ਜਿਹੜੀ ਚੀਜ਼ਾਂ ਇੱਥੇ ਰੱਖਦੇ ਹੋ ਨਾ ਇੱਥੇ ਨਾ ਰੱਖੀਆਂ ਕਰੋ, ਰਾਤ ਨੂੰ ਤੁਸੀਂ ਫਰਿੱਜ 'ਚ ਰੱਖੀਆਂ ਕਰੋ, ਕਿਉਂਕਿ ਇੱਥੇ ਨਹੀਂ ਸਹੀ ਰਹਿੰਦੀਆਂ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਫਰਿੱਜ ਦੀ ਨਿਸਬਤ ਵੀ ਇਹ ਚੀਜ਼ ਜਿਹੜੀ ਹੈ ਨਾ ਇਹ ਜ਼ਿਆਦਾ, ਕਿਉਂਕਿ ਕੁਦਰਤੀ ਫਿਜ਼ਾ ਦੇ ਅੰਦਰ ਹੁੰਦਾ, ਔਰ ਰਾਤ ਨੂੰ ਇਹਨੂੰ ਕੋਈ ਖਤਰਾ ਖੌਫ ਨਹੀਂ ਹੁੰਦਾ, ਮਤਲਬ ਰਾਤ ਨੂੰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ। ਢੱਕਣ ਬੰਦ ਹੁੰਦਾ ਉੱਤੋਂ ਕੋਈ ਵੀ ਚੀਜ਼ ਹੋਵੇ, ਅਤੇ ਰਾਤ ਨੂੰ ਨਾ ਪਰਿੰਦਾ ਨਾ ਬਿੱਲੀ ਨਾ ਕੋਈ ਚੀਜ਼ ਵੀ ਇੱਥੇ ਨਹੀਂ ਜਾ ਸਕਦੀ, ਕਿਉਂਕਿ ਤਾਰ ਨਾਲ ਲੱਗਾ ਹੋਇਆ, ਇਹ ਤਾਰ ਦੇ ਨਾਲ ਲੱਗਾ, ਤਾਰ ਦੇ ਉੱਤੇ ਕਿਸੇ ਚੀਜ਼ ਕੋਲ ਵੀ ਚੱਲਿਆ ਨਹੀਂ ਜਾਂਦਾ, ਬਿੱਲੀ ਵਗੈਰਾ ਵੀ ਨਹੀਂ ਚੱਲ ਸਕਦੀ ਇਹਦੇ 'ਤੇ, ਹੋਰ ਕੋਈ ਜਾਨਵਰ ਵੀ ਨਹੀਂ ਚੱਲ ਸਕਦਾ, ਅਤੇ ਸੁਬਹ ਪਰਿੰਦਿਆਂ ਤੋਂ ਪਹਿਲੇ ਫਿਰ ਅਸੀਂ ਇੱਥੋਂ ਚੁੱਕ ਲੈਂਦੇ ਹਾਂ। ਇੱਧਰ ਦਾ ਹਾਲੇ ਫਾਇਜ਼ਾ ਬੀਬੀ ਸੁੱਤੀ ਪਈ ਹੈ, ਅਤੇ ਬਾਕੀ ਬੱਚੇ ਵਗੈਰਾ ਜਿਹੜੇ ਹਨ ਉਹ ਸੁੱਤੇ ਹਨ, ਅਤੇ ਉਹ ਚਲੇ ਗਏ ਨੇ ਮਸਜਿਦ ਉੱਠ ਕੇ। ਫਾਇਜ਼ਾ ਹਾਲੇ ਤੀਕਰ ਸੁੱਤੀ ਪਈ ਹੈ, ਅਤੇ ਉੱਠੇਗੀ ਅਤੇ ਫਿਰ ਬਾਕੀ ਦਾ ਸਾਰਾ ਇਸ ਕਮਰੇ ਦਾ ਆ ਕੇ, ਮਤਲਬ ਇਹ ਦੁਕਾਨ ਦਾ ਆ ਕੇ, ਅਤੇ ਇਹਦੀ ਸੈਟਿੰਗ ਜਾਂ ਇਹਦੀ ਸਫਾਈ ਜਿਹੜੀ ਹੈ ਨਾ ਉਸ ਟਾਈਮ ਕਰਾਂਗੇ ਜਦੋਂ ਫਾਇਜ਼ਾ ਉੱਠ ਜਾਏਗੀ, ਕਿਉਂਕਿ ਅਗਰ ਇੱਥੇ ਹੁਣ ਆ ਕੇ ਕਰਨ ਲੱਗ ਪਵਾਂਗੇ ਨਾ ਤਾਂ ਫਿਰ ਆਪਣੀ ਕੱਚੀ ਨੀਂਦਰ ਉੱਠ ਜਾਏਗੀ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਆਪਣੇ ਆਪ ਉੱਠੇ ਜਦੋਂ ਆਪਣੀ ਨੀਂਦਰ ਪੂਰੀ ਕਰਕੇ, ਉਸ ਤੋਂ ਬਾਅਦ ਪੱਖਾ ਲੱਗਾ ਹੋਇਆ ਕੋਈ ਮੱਛਰ ਵਗੈਰਾ ਮਤਲਬ ਕੋਈ ਟੈਨਸ਼ਨ ਕੋਈ ਨਹੀਂ ਹੈ ਹੁਣ, ਅਤੇ ਅਲਹਮਦੁਲਿਲਾ ਜਦੋਂ ਆਪਣੀ ਨੀਂਦਰ ਆਪ ਉੱਠੇਗੀ, ਕਿਉਂਕਿ ਇਹਦੀ ਤਬੀਅਤ ਵੀ ਕੱਲ੍ਹ ਦੀ ਠੀਕ ਨਹੀਂ ਹੈ, ਅਤੇ ਆਪਣੀ ਨੀਂਦਰ ਆਪ ਉੱਠੇਗੀ ਨਾ, ਅਤੇ ਉਸ ਟਾਈਮ ਕਰਾਂਗੇ ਸਫਾਈ। ਕੱਲ੍ਹ ਮੇਰੇ ਕੋਲ ਇੱਕ ਕਮੈਂਟ ਆਇਆ ਹੋਇਆ ਇੰਡੀਆ ਤੋਂ, ਮੇਰੀ ਬਹੁਤ ਹੀ ਪਿਆਰੀ ਬੈਂਡ, ਮੇਰੀ ਬਹੁਤ ਹੀ ਪਿਆਰੀ ਫੈਮਿਲੀ ਦਾ ਹਿੱਸਾ ਹੁੰਦਾ, ਅਤੇ ਜਿਹੜਾ ਵੀ ਮੇਰਾ ਵੀਵਰ ਹੈ ਮੇਰਾ ਸਬਸਕ੍ਰਾਈਬਰ ਹੈ ਉਹ ਮੇਰੀ ਫੈਮਿਲੀ ਦਾ ਹਿੱਸਾ ਹੈ, ਅਤੇ ਇਸ ਵਜ੍ਹਾ ਤੋਂ ਸਾਡੀ ਬਹੁਤ ਹੀ ਪਿਆਰੀ ਬੈਂਡ। ਉਹਨਾਂ ਨੇ ਮੈਸੇਜ ਕੀਤਾ ਸੀ ਪ੍ਰੇਮ ਕੌਰ ਨੇ, ਉਹਨਾਂ ਨੇ ਆਖਿਆ ਕਿ ਤੁਸੀਂ ਮਾਸ ਕਿਉਂ ਖਾਂਦੇ ਹੋ, ਅਤੇ ਮੈਂ ਸਮਝਿਆ ਉਹਨਾਂ ਨੇ ਬਹੁਤ ਹੀ ਲੰਮਾ ਚੌੜਾ ਮੈਸੇਜ ਲਿਖਿਆ ਸੀ, ਕਾਫੀ ਜ਼ਿਆਦਾ, ਮਤਲਬ ਮੈਨੂੰ ਨਾ 5-7 ਮਿੰਟ ਤੇ ਉਹ ਪੜ੍ਹਦਿਆਂ ਪੜ੍ਹਦਿਆਂ ਲੱਗੇ ਨੇ, ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਲੰਮਾ ਮੈਸੇਜ ਹੋਏਗਾ। ਅਤੇ ਮੈਂ ਉਹਨਾਂ ਨੂੰ ਸਿਰਫ ਸਿੰਪਲ ਇੰਨਾ ਹੀ ਜਵਾਬ ਦਿਆਂਗਾ ਕਿ ਪਹਿਲੀ ਗੱਲ ਤਾਂ ਇਹ ਕਿ ਅਸੀਂ ਐਜ਼ ਏ ਮੁਸਲਿਮ ਜਿਹੜੀ ਚੀਜ਼ਾਂ ਦਾ ਸਾਨੂੰ ਆਖਿਆ ਗਿਆ ਹੈ ਅਸੀਂ ਉਹ ਕਰਨੀਆਂ ਨੇ, ਅਤੇ ਦੂਸਰੇ ਨੰਬਰ 'ਤੇ ਪੂਰੀ ਦੁਨੀਆ 'ਚ ਮਾਸ ਜਿਹੜਾ ਨਾ ਉਹ ਖਾਧਾ ਜਾਂਦਾ, ਗੈਰ ਮੁਸਲਿਮ ਵੀ ਖਾਂਦੇ ਨੇ, ਜ਼ਰੂਰੀ ਮੁਸਲਮਾਨ ਹੀ ਨਹੀਂ ਗੈਰ ਮੁਸਲਿਮ ਵੀ ਖਾਂਦੇ ਨੇ। ਇੰਡੀਆ ਦੇ ਅੰਦਰ ਹਿੰਦੂ ਦੇ ਵਿੱਚ ਵੀ ਕਾਫੀ ਸਾਰੀ ਮਤਲਬ ਕੁਛ ਵੈਜੀਟੇਰੀਅਨ ਹੁੰਦੇ ਨੇ ਅਤੇ ਕੁਛ ਮਾਸ ਵਗੈਰਾ ਜਿਹੜਾ ਨਾ ਉਹ ਖਾਂਦੇ ਨੇ। ਲੇਕਿਨ ਤੁਸੀਂ ਪੁੱਛਿਆ ਕਿ ਤੁਸੀਂ ਕਿਉਂ ਖਾਂਦੇ ਹੋ, ਜਾਨਦਾਰ ਚੀਜ਼ਾਂ ਹੁੰਦੀਆਂ ਨੇ ਉਹਨੂੰ ਤੁਸੀਂ ਜ਼ਿਬਾਹ ਕਰਦੇ ਹੋ, ਉਹਨੂੰ ਮਾਰਦੇ ਹੋ, ਮਾਰ ਕੇ ਅਤੇ ਫਿਰ ਉਸ ਤੋਂ ਬਾਅਦ ਉਹਨੂੰ ਖਾਂਦੇ ਹੋ, ਅਸੀਂ ਉਹਨੂੰ ਮਾਰਨਾ ਨਹੀਂ ਕਹਿੰਦੇ, ਅਸੀਂ ਉਹਨੂੰ ਜ਼ਿਬਾਹ ਕਹਿੰਦੇ ਹਾਂ, ਹਲਾਲ ਕਹਿੰਦੇ ਹਾਂ। ਲੇਕਿਨ ਮੈਂ ਇੱਕ ਇਹਦਾ ਜਵਾਬ ਸਿਰਫ ਇੱਕੋ ਦਿੰਦਾ ਕਿ ਹਰ ਇਨਸਾਨ ਜਿਹੜਾ ਨਾ ਉਹ ਮਾਸ ਖਾਂਦਾ, ਜਾਨਦਾਰ ਚੀਜ਼ ਨੂੰ ਖਾਂਦਾ,
अगर तुसी सेंसी लिहाज नाल वेखो ते जेडे असी साह लैने ना ते ऑक्सीजन जिन्हों असी जिंदा नाम असी ऑक्सीजन रखे ऑक्सीजन असी दे अंदर लैके जाने हैं ते ऑक्सीजन एक जम्स का ना है ते उस जम्स भी उदे वेच अगर तुसी मैक्रोस्कोप के इस तरह की चीज़ है अगर उदे नाल तुसी जाके चेक करो तो वह भी एक छोटे छोटे जानदार जर्रात होंगे ने जिन्हों असी ऑक्सीजन का ना देने हैं वह असी अंदर लैके जाने हैं और उस तो बाद फिर कार्बन डाइऑक्साइड जड़ी है वह असी बाहर कढ़ने हैं ठीक है जी तो ऑक्सीजन असी अंदर लैके जाने हैं वो जाम अंदर जाते हैं अंदरों फिर वह मर जाते हैं जो उन्होंने सारी बॉडी में जरूरत होंगी है तो उस तो बाद फिर वह बाहर निकलते हैं कभी सोचा होना तुसी कि तुसी अगर सह ना लवो तो तुहाडी बॉडी तकरीबन एक मिनट तो दो मिनट तो बाद डेड हो जाएगी एक तो दो मिनट के अंदर अंदर डेड हो जाएगी अगर तुसी सह बंद कर लो तो वो जाम्स थानू जिंदा रखते हैं वो थोड़ी खुराक है हवाई खुराक थोड़ी वो है सह लेना बहुत जरूरी होंदा तो वह जदों तीकर थोड़े अंदर ना जाम उदों तीकर नहीं होंदा मैं बहुत लंबा चौड़ा जवाब दे सकना बाकी किताबी शक्लों भी दे सकना बाकी हर चीज़ों भी दे सकना लेकिन मैं सिर्फ इन्ना ही देंगा कि जदों असी सह लैने ना वह भी जरासीम जड़े होंगे ना वह भी एक जानदार चीज़ें ने वह भी अल्लाह तला की पैदावार है वह भी जानदार चीज़ें ने वह भी इंसान को फिर नहीं खानी चाहिए। चावल अज पकाने ने ते एक घर के चावल ने साडे बिल्कुल अपने छड़ाए हुए अपने कढ़ाए हुए चावल जड़े ना वह असी अज पकाने ने ये सुपरी है एक पत्थर मेरे हाथ से आ गया मुंजी साफ कर लाना बिच मुंजी ना ता ही निकल आने आ गया बकर वगैरा निकलती है ते बाकी रोड वगैरा चीजा साफ करके ते फिर असी पकाना बाकी सफाई आले घर दी सारी रहिंदी है लेकिन अबू जान जदो कुरान शरीफ मुकम्मल पढ़ के जितना भी उन्होंने तलावत करनी पढ़ के ओ रखणगे ना उस टाइम सफाई बाहर दी करांगे उन्हूं दी तिकर झाड़ू जड़ा ना उन्हें मारा बेगम अगे जड़ा ना झाड़ू मारन लगी सी फिर जो उन्होंने वेख्या कि अबू जान बाहर पढ़ते पे ने उन्होंने उत्थे रख दिता आज आपका कल्चर डे स्कूल में तो आपने क्या पहन के जाना है आज आज मैम ने कहा था कि शादी पे कपड़े पहन के जाते हैं फ्रॉक वैसे की फ्रॉक पहन के तो मैं लाल फ्रॉक पहन चाहूंगी अच्छा के उसने कहा था कोई अच्छा सा जूता भी दे मैं बॉडी वाले जूते पहन अच्छा तो उसने कहा था बस ढीला ढीला लाल है क्या मेकअप बेटर नहीं लगाना दिल्ला, दिल्ला बेटे नहीं लगाना मेकअप लगाना ही नहीं है ठीक है ना नहीं माना करो ना बात को बेटे नहीं तुम अच्छी तरह मेरी बात सुनो ना मेरी बात सुनो टाइम अभी बड़ा है तुम्हारा अच्छी तरह आप नहा लो ठीक है अब गर्मियां हैं सर्दियां कोई नहीं है अच्छी तरह आप नहा लो नहाने के बाद आप अच्छी तरह ना क्रीम वगैरह मुंह पे लगा लो साफ सिंपल बस लोशन वगैरह लगा लो पापा मैम ने कहा था बेटे मैम नहीं कहती स्कूल वाले तो मना करते हैं बेटे मैम ने कहा था मारना मेरी बात सुनो ना मेरी मैंने जो कहा ना आप अच्छी तरीके से नहा लो ना नहाने के बाद आप क्रीम जो होती है फेयर लवली वो वगैरह लगा लो लोशन वगैरह अगर चाहिए तो वो लगा लो बस उससे भी चेहरा अच्छा हो जाता है बेटे ऐसा नाश्ता कर दी पी आज माशाल्लाह इंदा कल्चर डे है तो क्या ही बात है भाई नाश्ता भी दिल दा पाक गया नाश्ता भी दिल दा जी चावल इंदे दिल दे नाश्ता नाश्ता मेरा भी आ गया जी अगर खांदे हो ते ओ बिस्मिल्ला सादा चावल पकाए ने ते और ओदे उते रात दा जड़ा सालन बचया होया सी ना ओ इस्तेमाल करके तो खा रहे हैं बहुत स्वाद आंदा है बड़े मजेदार लगते ने ते दाल है चनिया दी तुसी चेक कर सकदे हो और नाल टिंडे राती पकाए सी आ ते ओ भी उते थोड़ा जिहा जड़ा ना उहनां दा भी जायका बनाया
माशाल्लाह माशाल्लाह हाँ। तो अब जा रहे स्कूल? ठीक है, पैसे ले लिए आपने? कितना खर्चा मिला आज? चालीस नहीं पचास। पचास मिले आज? चलो ठीक है, चलो ठीक है, चलो। ऐसा बीबी का कल्चर डे है ना आज, माशाल्लाह ए फ्रॉक पा के। तो मेरे बैग की जरूरत कोई नहीं सी थोड़े वैसे? मैम ने कहा था। चलो फिर ठीक। बिस्मिल्लाह, मेरा बेटा उठिया, मेरा बेटा उठिया, मेरा बेटा उठिया। ओ चला ठहर जा, अच्छा आजो 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 आजो। हाँ उठा रहा हूँ, उठा रहा हूँ, उठा रहा हूँ भाई। हमशीरा आई हुई सी ना, उन्होंने ड्रॉप करन आया सी नाल दे पिंड ते। वड्डी हमशीरा रहिंदी उहदे घर, क्योंकि ये रोड है ते इत्थों बस लंघदी 9:30 बजे। तो उन्होंने उस बस से रहना जाना लाहौर, क्योंकि थोड लाहौर जाती है एक टाइम जाता दिहाड़ी से। तो एक सुबह सुबह जाता 4:30 बजे, एक जाता 9:30 बजे। वो 9:30 बजे वाली तो बहना से उन्होंने, तो उन्होंने ड्रॉप करने वास्ते आया सी। अज की रूटीन तुम्हें किस तरह की लगी है तुम जरूर कॉमेंट करोगे। मिलने तुम्हें अगली वीडियो जो तुम सफर फैन तो पूरी फैमिली में कोई इजाजत। अपना बहुत सारा ख्याल रखना, दुआवें याद रखना। पंडा बन बन प्यार, अल्लाह हाफिज़।